ਪੰਜਾਬ ਦਾ ਜੰਮਪਲ, ਜ਼ਿਲ੍ਹਾ ਗੁਰਦਾਸਪੁਰ ਦਾ ਜੰਮਪਲ ਅਰਸ਼ਦੀਪ ਨੇ ਸਭ ਤੋਂ ਵੱਧ ਵਿਕਟਾਂ ਲੈ ਕੇ ਆਪਣਾ, ਆਪਣੇ ਪਰਿਵਾਰ ਦਾ, ਸੂਬੇ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਫਿਰ ਅਸੀਂ ਉੱਥੇ ਪਹੁੰਚੇ ਹਾਂ ਜਿੱਥੇ ਖੁਸ਼ੀ ਮਨਾਈ ਜਾ ਰਹੀ ਹੈ। ਖੁਸ਼ੀ ਮਨਾਈ ਜਾ ਰਹੀ ਹੈ ਅਰਸ਼ਦੀਪ ਦੇ ਨਾਨਕਿਆਂ ਦੇ ਘਰ। ਤੁਹਾਡਾ ਔਰ ਅਰਸ਼ ਦਾ ਸੁਭਾਅ ਕਿੱਦਾਂ ਦਾ? ਖੁਸ਼ ਦਿਲ, ਸਦਾ ਇਹ ਮਜ਼ਾਕ ਦੇ ਵਿੱਚ ਰਹਿਣ ਵਾਲਾ। ਮਤਲਬ ਅੱਜ ਏਡੇ ਵੱਡੇ ਪਹੁੰਚ ਕੇ ਪੰਜਾਬ ਦੀ ਟੀਮ 'ਚ, ਇੰਡੀਆ ਟੀਮ 'ਚ ਖੇਡਦਾ ਪਿਆ ਵਾ, ਉਸ ਬੰਦੇ ਨੂੰ ਬੈਠੇ ਨੂੰ ਦੇਖ ਕੇ ਉਹਨਾਂ ਗੱਲਬਾਤ ਕਰਕੇ ਤੁਹਾਨੂੰ ਹੀ ਲੱਗੇਗਾ ਵੀ ਉਹ ਐਡੇ ਵੱਡੇ ਅਹੁਦੇ 'ਤੇ ਇੰਨੀ ਵੱਡੀ ਇੰਡੀਆ ਟੀਮ 'ਚ ਖੇਡ ਰਿਹਾ। ਪਰ ਇੱਕ ਉਹਦੀ ਡਿਮਾਂਡ ਪੱਕੀ ਆ ਵੀ ਸਵੇਰੇ ਉਹਨੂੰ ਆਲੂ ਵਾਲੇ ਪਰੌਂਠੇ ਜ਼ਰੂਰ ਚਾਹੀਦੇ। ਹਾਰਟਬੀਟ ਬਹੁਤ ਜ਼ਿਆਦਾ ਸੀ ਮੈਚ ਜਦੋਂ 30 ਬੋਲਾਂ ਦੇ ਵਿੱਚ 30 ਰਨ ਚਾਹੀਦੇ ਸੀ, ਔਰ ਉਦੋਂ ਇੱਕ ਵਾਰੀ ਤਾਂ ਲੱਗਦਾ ਸੀ ਕਿ ਇੰਡੀਆ ਟੀਮ ਜਿਹੜੀ ਆ ਹਾਰ ਗਈ ਆ। ਬਟ ਉਸ ਵੇਲੇ ਜਦੋਂ ਬਾਲਰਾਂ ਨੇ, ਫਾਸਟ ਬਾਲਰਾਂ ਨੇ ਮੋੜਾ ਕੱਟਿਆ ਵਾ, ਵਿਕਟਾਂ ਮਿਲਣੀਆਂ ਸ਼ੁਰੂ ਹੋਈਆਂ, ਔਰ ਫਿਰ ਜਾ ਕੇ ਇੰਨਾ ਟਫ ਹੋ ਗਿਆ ਕਿ ਹਾਰਟਬੀਟ ਬਹੁਤ ਵਧੀ। ਔਰ ਖੇਡਣਾ ਇਹ ਬਹੁਤ ਛੋਟਾ ਹੁੰਦਾ ਸੀ, ਔਰ ਇਹਨੂੰ ਅਸੀਂ ਖੇਡਣ ਵਾਸਤੇ ਲਾਗੇ ਨਾ ਆਉਣਾ ਕਿਉਂਕਿ ਬਾਲ ਵੱਜ ਜੂਗੀ, ਔਰ ਇਹਨੂੰ ਕਹਿਣਾ ਗੇਟ ਦੇ ਅੰਦਰ ਚਲ ਜਾਓ, ਗੁੱਸੇ ਵੀ ਹੋਣਾ ਕਈ ਵਾਰੀ। ਅਤੇ ਫਿਰ ਇਹਨੇ ਆਪਣੇ ਨਾਨਾ ਜੀ ਨੂੰ ਲੈ ਕੇ ਬਾਹਰ ਆਉਣਾ, ਅਤੇ ਆਣ ਕੇ ਵੀਰ ਜੀ ਹੋਣਾ ਨੇ ਕਹਿਣਾ ਵੀ ਇਹਨੂੰ ਦਿਓ ਯਾਰ, ਇਹਨੂੰ ਵੀ ਦਿਓ, ਦੋ ਤਿੰਨ ਬਾਲਾਂ ਦਿਓ। ਅਸੀਂ ਬੇਬੀ ਓਵਰ ਦੇ ਦੇਣਾ ਕਿ 3 ਕੁ ਬਾਲਾਂ, ਚਲੋ ਖਿਡਾਓ ਇਹਨੂੰ 3 ਬਾਲਾਂ ਖਿਡਾ ਕੇ ਇਹਨੂੰ ਆਖਣਾ ਚੱਲ ਚਲੋ ਵੀ ਤੇਰਾ ਓਵਰ ਹੋ ਗਿਆ। ਸਾਨੂੰ ਨਹੀਂ ਪਤਾ ਕਿ ਜਿਹਨੂੰ ਅੱਜ ਅਸੀਂ ਬਾਲ ਨੂੰ ਹੱਥ ਨਹੀਂ ਲਾਉਣ ਦੇਣ ਡੇ, ਇੱਕ ਦਿਨ ਇਹਨੇ ਇੰਡੀਅਨ ਟੀਮ ਦੇ ਵਿੱਚ ਇਸੇ ਬਾਲ ਦੇ ਨਾਲ ਇੰਡੀਆ ਦਾ ਨਾਂ ਰੋਸ਼ਨ ਕਰਨਾ, ਪੰਜਾਬ ਦਾ ਨਾਂ ਰੋਸ਼ਨ ਕਰਨਾ, ਆਪਣੇ ਪਰਿਵਾਰ ਦਾ। ਭਾਰਤ ਦੀ ਕ੍ਰਿਕਟ ਟੀਮ ਵਰਲਡ ਕੱਪ ਜਿੱਤੀ ਹੈ, ਵਰਲਡ ਕੱਪ ਜਿੱਤ ਕੇ ਪੰਜਾਬ ਦਾ ਜੰਮਪਲ, ਜ਼ਿਲ੍ਹਾ ਗੁਰਦਾਸਪੁਰ ਦਾ ਜੰਮਪਲ ਅਰਸ਼ਦੀਪ ਨੇ ਸਭ ਤੋਂ ਵੱਧ ਵਿਕਟਾਂ ਲੈ ਕੇ ਆਪਣਾ, ਆਪਣੇ ਪਰਿਵਾਰ ਦਾ, ਸੂਬੇ ਦਾ ਅਤੇ ਦੇਸ਼ ਦਾ ਨਾਮ ਰੋਸ਼ਨ ਕੀਤਾ ਹੈ। ਵਰਲਡ ਕੱਪ ਜਿੱਤ ਲਿਆ ਗਿਆ, ਫਿਰ ਅਸੀਂ ਉੱਥੇ ਪਹੁੰਚੇ ਹਾਂ ਜਿੱਥੇ ਖੁਸ਼ੀ ਮਨਾਈ ਜਾ ਰਹੀ ਹੈ। ਖੁਸ਼ੀ ਮਨਾਈ ਜਾ ਰਹੀ ਹੈ ਅਰਸ਼ਦੀਪ ਦੇ ਨਾਨਕਿਆਂ ਦੇ ਘਰ, ਕਿਉਂਕਿ ਜ਼ਿਲ੍ਹਾ ਗੁਰਦਾਸਪੁਰ ਦੇ ਵਿੱਚ ਹੀ ਅਰਸ਼ਦੀਪ ਦਾ ਜੰਮਪਲ ਸੀ, ਔਰ ਜ਼ਿਲ੍ਹਾ ਗੁਰਦਾਸਪੁਰ 'ਚ ਉਸਦੇ ਨਾਨਕੇ ਨੇ। ਇਸੇ ਸਥਾਨ 'ਤੇ ਉਹ ਵੱਡਾ ਹੋਇਆ, ਖਾਧਾ ਪੀਤਾ, ਕ੍ਰਿਕਟ ਖੇਡੀ, ਪਰਿਵਾਰ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ। ਕਿੱਦਾਂ ਦੀ ਖੁਸ਼ੀ ਹੈ, ਗੱਲਬਾਤ ਕਰ ਲਾਂਗੇ ਪਰਿਵਾਰ ਦੇ ਨਾਲ ਹੀ। ਸਾਡੇ ਨਾਲ ਪਹਿਲਾਂ ਬੈਠੇ ਨੇ ਅਰਸ਼ ਦੇ ਮਾਮੀ ਜੀ। ਕੀ ਨਾਮ ਆ ਜੀ ਤੁਹਾਡਾ, ਔਰ ਅਰਸ਼ ਦਾ ਸੁਭਾਅ ਕਿੱਦਾਂ ਦਾ? ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਕਿਰਨਦੀਪ। ਅਰਸ਼ ਦਾ ਸੁਭਾਅ ਬਹੁਤ ਵਧੀਆ ਜੀ, ਖੁਸ਼ ਦਿਲ, ਸਦਾ ਇਹ ਮਜ਼ਾਕ ਦੇ ਵਿੱਚ ਰਹਿਣ ਵਾਲਾ। ਮਤਲਬ ਅੱਜ ਏਡੇ ਵੱਡੇ ਪਹੁੰਚ ਕੇ ਪੰਜਾਬ ਦੀ ਟੀਮ 'ਚ, ਇੰਡੀਆ ਟੀਮ 'ਚ ਖੇਡਦਾ ਪਿਆ ਵਾ, ਉਸ ਬੰਦੇ ਨੂੰ ਬੈਠੇ ਨੂੰ ਦੇਖ ਕੇ ਉਹਨਾਂ ਗੱਲਬਾਤ ਕਰਕੇ ਤੁਹਾਨੂੰ ਹੀ ਲੱਗੇਗਾ ਵੀ ਉਹ ਐਡੇ ਵੱਡੇ ਅਹੁਦੇ 'ਤੇ ਇੰਨੀ ਵੱਡੀ ਇੰਡੀਆ ਟੀਮ 'ਚ ਖੇਡ ਰਿਹਾ। ਅਤੇ ਖਾਣ ਪੀਣ ਜਿਹੜਾ ਉਹ ਜਿਹੜੀ ਡਿਮਾਂਡ ਕਰੇ ਆਪਾਂ ਰੈਡੀ ਰੱਖਦੇ ਹਾਂ, ਪਰ ਇੱਕ ਉਹਦੀ ਡਿਮਾਂਡ ਪੱਕੀ ਆ ਵੀ ਸਵੇਰੇ ਉਹਨੂੰ ਆਲੂ ਵਾਲੇ ਪਰੌਂਠੇ ਜ਼ਰੂਰ ਚਾਹੀਦੇ ਹੈਗੇ ਆ। ਅਤੇ ਉਹਦੀ ਆਲੂ ਵਾਲੇ ਪਰੌਂਠੇ ਤੁਹਾਡੇ ਕੋਈ ਖਾਂਦਾ ਹੋਣਾ, ਕਿਉਂਕਿ ਟੀਮ 'ਚ ਤਾਂ ਅਲਾਊਡ ਹੀ ਨਹੀਂ ਹੈ, ਉਹ ਤਾਂ ਬੜਾ ਲਿਮਿਟਡ ਜਿਹਾ ਖਾਣਾ। ਉਹਦੇ ਵਿੱਚ ਕੀ ਹੁੰਦਾ ਹੈ ਕਿ ਇਹਨਾਂ ਦੀ ਡਾਇਟ ਮਿਲਦੀ ਹੈ, ਇਹਨੂੰ ਚਾਟ ਮਿਲਦੀ ਹੈ, ਹੈ ਨਾ। ਇਹਨੇ ਦੇਖਣਾ ਕਿ ਮੇਰੀ ਕੱਲ੍ਹ ਨੂੰ ਆ ਜਾਣੀ, ਆਏ ਨੂੰ ਅੱਜ ਜਿੱਦਾਂ 3-4 ਦਿਨ ਹੋ ਗਏ ਨੇ, ਇਹਦਾ ਪਤਾ ਨਹੀਂ ਇਹ ਪ੍ਰੈਕਟਿਸ ਕਰਕੇ ਆਇਆ ਸ਼ਾਮ ਨੂੰ ਦੀਦੀ ਨੂੰ ਅਤੇ ਭਾਅ ਜੀ ਨੂੰ ਕਹੇ ਚਲੋ ਰੰਗਣ ਨੰਗਲ ਚੱਲੀਏ। ਬਸ ਉਹਨੂੰ ਪਤਾ ਵੀ ਕੱਲ੍ਹ ਤੋਂ ਮੇਰਾ ਡਾਇਟ ਚਾਟ ਆ ਗਿਆ, ਮੇਰੇ ਉਹ ਸਾਰਾ ਬੈਲੈਂਸ ਖਰਾਬ ਹੋ ਜਾਣਾ। ਉਹਨੇ ਪਹਿਲਾਂ ਹੀ ਆ ਕੇ ਖਾਣੀ, ਫਿਰ ਤਾਂ ਉਹਨਾਂ ਨੇ ਬਿਲਕੁਲ ਥੋੜ੍ਹਾ ਲਿਮਿਟ 'ਚ ਆਪਣੀ ਪ੍ਰੈਕਟਿਸ ਦੇ ਹਿਸਾਬ ਨਾਲ, ਆਪਣੀ ਗੇਮ ਦੇ
ਹਿਸਾਬ ਨਹੀਂ ਖਾਣਾ, ਉਹਨੇ ਉਹ ਦਿਨ ਵੇਖ ਲੈਣਾ ਵੀ ਬਸ ਹੁਣ ਮੇਰੇ ਦਿਨ ਆਉਣ ਵਾਲੇ, ਮੈਂ ਪਹਿਲਾਂ ਪਿੰਡ ਜਾਵਾਂ। ਮੈਚ ਦੇਖਿਆ ਕੱਲ੍ਹ ਵਾਲਾ ਕਿੱਦਾਂ ਦਾ ਲੱਗਾ? ਹਾਂਜੀ ਮੈਚ ਮੈਂ ਥੋੜ੍ਹਾ ਦੇਖਿਆ, ਫਿਰ ਮੈਂ ਸੋ ਜਾਂਦੀ ਕਿਉਂਕਿ ਮੈਨੂੰ ਡਰ ਲੱਗਦਾ। ਦੇਖੋ ਮੈਂ ਖੁਦ ਵੀ ਇੱਕ ਆਪ ਵੀ ਭਾਵੇਂ ਪਲੇਅਰ ਰਹੀ ਹਾਂ, ਹੈ ਨਾ, ਮੈਂ ਫਿਜ਼ੀਕਲ ਐਜੂਕੇਸ਼ਨ ਟੀਚਰ ਹਾਂ, ਪਰ ਜਦੋਂ ਟੀਮਾਂ ਦੋ ਗਰਾਊਂਡ 'ਚ ਵੜੀਆਂ, ਇੱਕ ਨੇ ਜਿੱਤਣਾ ਇੱਕ ਨੇ ਹਾਰਨਾ, ਅਸੀਂ ਬਾਹਰ ਦੇਖਣ ਵਾਲੇ ਕਹਿੰਦੇ ਨੇ ਵੀ ਉਹਨੇ ਕੈਚ ਛੱਡਤਾ, ਉਹਨੇ ਫੜ ਲਿਆ, ਇੱਦਾਂ ਨਹੀਂ ਹੁੰਦਾ, ਮਿਹਨਤ ਸਾਰੇ ਕਰ ਰਹੇ ਹੁੰਦੇ ਨੇ। ਪਰ ਉਹ ਮਨ 'ਚ ਡਰ ਸੀਗਾ ਇੱਕ, ਇਹ ਮੇਰੀ ਬੇਟੀ ਅਤੇ ਮਤਲਬ ਉਹਦੇ ਮਾਮਾ ਜੀ ਅਤੇ ਮਾਮਾ ਜੀ ਦੀ ਬੇਟੀ ਦੇਖ ਰਹੇ ਸੀ, ਮੈਨੂੰ ਫੋਨ ਉੱਠ ਕੇ ਮੈਂ ਦੇਖਦੀ ਸੀ ਕੀ ਟਾਈਮ ਹੋ ਗਿਆ, ਕਿੰਨਾ ਕੁ ਮੈਚ ਰਹਿ ਗਿਆ। ਜਦੋਂ ਇਹਨਾਂ ਨੇ ਕਹਿ ਦੇਣਾ ਜਿੱਤ ਗਏ, ਫਿਰ ਮੈਂ ਉੱਠ ਕੇ ਬੈਠ ਗਈ ਵੀ ਹਾਂ ਹੁਣ ਜਿੱਤ ਗਏ, ਕਿਉਂਕਿ ਪਾਪਾ ਵੀ ਉੱਥੇ ਨਹੀਂ ਸੀ, ਸਾਰਿਆਂ ਨੂੰ ਡਰ ਲੱਗਦਾ ਸੀ ਮਨ 'ਚ ਵੀ ਗੇਮ ਆ, ਕੁਛ ਵੀ ਹੋ ਸਕਦਾ। ਨਾਲੇ ਕ੍ਰਿਕਟ ਤਾਂ ਇੱਕ ਦੋ ਮਿੰਟਾਂ 'ਚ ਪਤਾ ਨਹੀਂ ਲੱਗਦਾ ਕਿੱਧਰ ਨੂੰ ਚਲੇ ਜਾਂਦੇ, ਇੱਕ ਤਾਂ ਆਪਣੀ ਦੂਸਰੀਆਂ ਗੇਮਸ ਹੁਣ ਆਪਾਂ ਨੂੰ ਪਤਾ ਲੱਗ ਜਾਂਦਾ, ਇੱਦਾਂ ਤਾਂ ਪਤਾ ਹੀ ਨਹੀਂ ਟਾਈਮ ਟੂ ਅਖੀਰ ਤੱਕ ਵੀ ਗੇਮ ਕਿੱਧਰ ਨੂੰ ਜਾਣੀ ਹੈ ਅਤੇ ਕਿਵੇਂ। ਅਤੇ ਰਾਤੀ ਬੜੀ ਖੁਸ਼ੀ ਹੋਈ, ਬੜਾ ਚੰਗਾ ਲੱਗਿਆ, ਬੜਾ ਮਾਣ ਮਹਿਸੂਸ ਹੋਇਆ। ਅਤੇ ਬਾਕੀ ਉਹਨੇ ਵਿਕਟਾਂ ਲਈਆਂ ਸਭ ਤੋਂ ਜ਼ਿਆਦੀਆਂ, ਹੈ ਨਾ, ਉਹ ਬੜੀ ਖੁਸ਼ੀ ਆ, ਵਾਹਿਗੁਰੂ ਦੀ ਕਿਰਪਾ ਉਹਦੇ 'ਤੇ, ਗੁਰੂ ਰਾਮਦਾਸ ਸਦਾ ਉਹਨੂੰ ਚੜ੍ਹਦੀ ਕਲਾ 'ਚ ਰੱਖੇ। ਸਾਡੇ ਨਾਲ ਇੱਥੇ ਜਿਹੜੇ ਅਰਸ਼ ਦੇ ਰਿਲੇਟਿਵਸ ਵਧਾਈ ਦੇਣ ਆਏ ਦੇ ਆ ਨਾਨਕੇ ਪਰਿਵਾਰ 'ਚ, ਉਹਨਾਂ ਨਾਲ ਵੀ ਗੱਲ ਕਰ ਲੈਂਦੇ। ਕੀ ਨਾਮ ਆ ਜੀ? ਸਰਬਜੀਤ ਸਿੰਘ। ਸਰਬਜੀਤ ਜੀ, ਕਿਸ ਤਰ੍ਹਾਂ ਦੇਖਿਆ ਮੈਚ ਅਤੇ ਕਿੱਦਾਂ ਦਾ ਧੜਕਣਾ ਵਧੀਆ ਘਟੀਆਂ? ਹਾਰਟਬੀਟ ਬਹੁਤ ਜ਼ਿਆਦਾ ਸੀ ਮੈਚ, ਜਦੋਂ 30 ਬੋਲਾਂ ਦੇ ਵਿੱਚ 30 ਰਨ ਚਾਹੀਦੇ ਸੀ, ਔਰ ਉਦੋਂ ਇੱਕ ਵਾਰੀ ਤਾਂ ਲੱਗਦਾ ਸੀ ਕਿ ਇੰਡੀਆ ਟੀਮ ਜਿਹੜੀ ਆ ਉਹ ਹਾਰ ਗਈ ਆ, ਬਟ ਉਸ ਵੇਲੇ ਜਦੋਂ ਬਾਲਰਾਂ ਨੇ, ਫਾਸਟ ਬਾਲਰਾਂ ਨੇ ਮੋੜਾ ਕੱਟਿਆ ਵਾ, ਵਿਕਟਾਂ ਮਿਲਣੀਆਂ ਸ਼ੁਰੂ ਹੋਈਆਂ, ਔਰ ਫਿਰ ਜਾ ਕੇ ਇੰਨਾ ਟਫ ਹੋ ਗਿਆ ਕਿ ਹਾਰਟਬੀਟ ਬਹੁਤ ਵਧੀ, BP ਲੱਗਦਾ ਸੀ ਕਿ ਹਾਈ ਹੋਊਗਾ ਇਸ ਵੇਲੇ, ਮਤਲਬ ਮੈਚ ਵੇਖਿਆ ਨਹੀਂ ਜਾਣ ਡਿਆ। ਔਰ ਲਾਸਟ ਵਿੱਚ ਜਾ ਕੇ ਜਦੋਂ ਇੰਡੀਆ ਟੀਮ ਜਿੱਤੀ ਆ, ਅਤੇ ਉਦੋਂ ਬੜਾ ਹੀ ਮਜ਼ਾ ਆਇਆ, ਉਹ ਸਾਰਾ ਹੀ ਕੁਛ ਭੁੱਲ ਗਿਆ, ਜੋ ਜਿੰਨੇ ਵੀ BP ਵਧਿਆ, ਜੋ ਹਾਰਟਬੀਟ ਵਧੀ ਆ। ਅਤੇ ਕੱਲ੍ਹ ਦੀਆਂ ਗੱਲਾਂ ਲੱਗਦੀਆਂ ਵਾ, ਅਰਸ਼ਦੀਪ ਨੂੰ ਅੱਜ ਵੀ ਕਈ ਵਾਰੀ ਖੇਲਦਿਆਂ ਵੇਖ ਕੇ ਲੱਗਦਾ ਕਿ ਯਾਰ ਹੈ ਕਮਾਲ ਆ, ਅਰਸ਼ ਇੰਨੀ ਦੂਰ ਤੱਕ ਚਲੇ ਗਿਆ, ਹੈ ਨਾ। ਔਰ ਜਦੋਂ ਛੋਟਿਆਂ ਹੁੰਦਿਆਂ ਇੱਥੇ ਸਾਡੇ ਕੋਲ ਰੰਗਾ ਨੰਗਲ ਇੱਥੇ ਹੁੰਦਾ ਹੁੰਦਾ ਸੀ, ਅਸੀਂ ਖੇਲਦੇ ਹੁੰਦੇ ਹਾਂ, ਅਸੀਂ ਵੀ ਬਚਪਨ ਦੇ ਵਿੱਚ ਹਾਂ, ਔਰ ਖੇਲਣਾ ਇਹ ਬਹੁਤ ਛੋਟਾ ਹੁੰਦਾ ਸੀ, ਔਰ ਇਹਨੂੰ ਅਸੀਂ ਖੇਲਣ ਵਾਸਤੇ ਲਾਗੇ ਨਾ ਆਉਣਾ ਕਿਉਂਕਿ ਬਾਲ ਵੱਜ ਜੂਗੀ, ਔਰ ਇਹਨੂੰ ਕਹਿਣਾ ਗੇਟ ਦੇ ਅੰਦਰ ਚਲ ਜਾਓ, ਗੁੱਸੇ ਵੀ ਹੋਣਾ ਕਈ ਵਾਰੀ, ਅਤੇ ਫਿਰ ਇਹਨੇ ਆਪਣੇ ਨਾਨਾ ਜੀ ਨੂੰ ਲੈ ਕੇ ਬਾਹਰ ਆਉਣਾ, ਅਤੇ ਆਣ ਕੇ ਵੀਰ ਜੀ ਹੋਣਾ ਨੇ ਕਹਿਣਾ ਵੀ ਇਹਨੂੰ ਦਿਓ ਯਾਰ, ਇਹਨੂੰ ਵੀ ਦਿਓ, ਦੋ ਤਿੰਨ ਬਾਲਾਂ ਦਿਓ, ਅਸੀਂ ਬੇਬੀ ਓਵਰ ਦੇ ਦੇਣਾ ਕਿ 3 ਕੁ ਬਾਲਾਂ ਚਲੋ ਖਿਡਾਓ ਉਹਨੂੰ, 3 ਬਾਲਾਂ ਖਿਡਾ ਕੇ ਇਹਨੂੰ ਆਖਣਾ ਚੱਲ ਚੱਲ ਵੀ ਤੇਰਾ ਓਵਰ ਹੋ ਗਿਆ। ਸਾਨੂੰ ਨਹੀਂ ਪਤਾ ਕਿ ਜਿਹਨੂੰ ਅੱਜ ਅਸੀਂ ਬਾਲ ਨੂੰ ਹੱਥ ਨਹੀਂ ਲਾਉਣ ਦੇਣ ਡੇ, ਇੱਕ ਦਿਨ ਇਹਨੇ ਇੰਡੀਅਨ ਟੀਮ ਦੇ ਵਿੱਚ ਇਸੇ ਬਾਲ ਦੇ ਨਾਲ ਇੰਡੀਆ ਦਾ ਨਾਂ ਰੌਸ਼ਨ ਕਰਨਾ, ਪੰਜਾਬ ਦਾ ਨਾਂ ਰੌਸ਼ਨ ਕਰਨਾ, ਆਪਣੇ ਪਰਿਵਾਰ ਦਾ, ਅਤੇ ਰੰਗਨ ਨੰਗਲ ਪਿੰਡ ਦਾ ਨਾਂ ਰੌਸ਼ਨ ਕਰਨਾ। ਸਾਡੇ ਪਿੰਡ ਨੂੰ ਬਹੁਤ ਮਾਣ ਆ ਕਿ ਇਸ ਪਿੰਡ ਦਾ ਭਾਣਜਾ ਆ, ਔਰ ਸਾਰਾ ਪਿੰਡ ਕੀ ਸਾਰਾ ਪੰਜਾਬ ਬਹੁਤ ਮਾਣ ਕਰਦਾ ਅਰਸ਼ਦੀਪ 'ਤੇ। ਮਾਮੀ ਕੁਛ ਕਹਿਣਾ ਚਾਹੁੰਦੇ? ਮੈਂ ਬੜਾ ਦੱਸਦੀ ਕਿ ਬੜਾ ਚੰਗਾ ਲੱਗਦਾ ਜਿਵੇਂ ਹੁਣ ਖੇਡਾਂ ਵਤਨ ਦੀਆਂ ਸ਼ੁਰੂ ਹੋਣੀਆਂ ਜਾਂ ਸਕੂਲ 'ਚ ਖੇਡਾਂ ਸ਼ੁਰੂ ਹੋਣੀਆਂ, ਅਤੇ ਉੱਥੇ ਸਾਰੇ DPPT ਸਾਰਿਆਂ ਨੂੰ ਹੁੰਦਾ ਵੀ ਹਾਂ ਕ੍ਰਿਕਟ ਆਪਣੇ ਬਟਾਲੇ ਦਾ ਮੁੰਡਾ, ਵਧਾਈਆਂ ਦੇਣੀਆਂ। ਮੈਨੂੰ ਮੇਰੇ ਸਕੂਲ ਦੇ ਬੱਚੇ ਆ ਕੇ ਦੱਸਦੇ, ਮੈਡਮ ਜੀ ਤੁਹਾਡਾ ਮੁੰਡੇ ਨੇ ਨਾ ਅੱਜ ਇੰਨੀਆਂ ਵਿਕਟਾਂ ਲਈਆਂ। ਮੈਂ ਤਾਂ ਡਰਦੀ ਮੈਚ ਨਹੀਂ ਜੇ ਦੇਖਦੀ, ਮੈਨੂੰ ਲੱਗਦਾ ਕਿ ਇਹਨੂੰ ਕੋਈ ਇਹ ਨਾ ਹੋਵੇ, ਰਨ ਜ਼ਿਆਦਾ ਪੈ ਜਾਣ ਜਾਂ ਕਿਵੇਂ ਵੀ ਆ, ਹੈ ਨਾ। ਅਤੇ ਫਿਰ ਉਹ ਜਦੋਂ ਬੱਚੇ ਆ ਕੇ ਦੱਸਦੇ ਬੜਾ ਚੰਗਾ ਲੱਗਦਾ, ਜਦੋਂ ਸਾਰੇ ਵਧਾਈ ਹੁਣ ਸਵੇਰ ਦੇ ਫੋਨ 'ਤੇ ਵਧਾਈਆਂ ਆ ਰਹੀਆਂ ਨੇ, ਬੜਾ ਮਾਣ ਮਹਿਸੂਸ ਹੋ ਰਿਹਾ ਵਾ, ਬੜਾ ਹੀ ਚੰਗਾ ਲੱਗਦਾ ਵਾ। ਕਿਉਂਕਿ ਆਪਣਾ ਬੱਚਾ ਜਦੋਂ ਇੰਨਾ ਮਤਲਬ ਲੈਵਲ 'ਤੇ ਆ, ਉੱਪਰ ਹੈ, ਖੇਡਦਾ ਹੈ, ਸਾਰੇ ਦੇਖਦੇ, ਸਾਰੇ ਬੜਾ ਚੰਗਾ ਲੱਗਦਾ ਉਹ ਚੀਜ਼ ਨੂੰ ਦੇਖ ਕੇ। ਸਾਡੇ ਨਾਲ ਅਰਸ਼ਦੀਪ ਦੇ ਮਾਮਾ ਜੀ ਮੌਜੂਦ ਆ, ਗੱਲਬਾਤ ਕਰ ਰਹੇ ਨੇ। ਕੀ ਨਾਮ ਆ ਜੀ? ਲਵਪ੍ਰੀਤ ਸਿੰਘ ਜੀ। ਤਾਂ ਕਹਿੰਦੇ ਪੂਰਾ ਮੈਚ ਦੇਖਿਆ? ਹਾਂਜੀ ਮੈਂ ਪੂਰਾ ਵੇਖਿਆ, ਮੈਂ ਅਤੇ ਮੇਰੀ ਬੇਟੀ ਨੇ ਪੂਰਾ ਮੈਚ ਵੇਖਿਆ, ਇੱਕ ਇੱਕ ਸ਼ਣ ਵੇਖਿਆ। ਜਦੋਂ ਅਸੀਂ ਜਿੱਤ ਗਏ ਤਾਂ ਮੈਂ ਕਿਹਾ ਚੱਲ ਹੁਣ ਜਿੱਤ ਗਏ, ਨਹੀਂ ਆਉਂਦੀ ਸੈਲੀਬ੍ਰੇਸ਼ਨ ਵੇਖ ਕੇ ਲਾਸਟ ਫਾਈਨਲ, ਜਦੋਂ ਤੱਕ ਉਹ ਕਹਿੰਦੇ ਨਹੀਂ ਆ ਵੀ ਓਕੇ ਬਾਏ ਠੀਕ ਆ, ਉਦੋਂ ਤੱਕ ਆਪਾਂ ਮੈਚ TV ਨਹੀਂ ਬੰਦ ਕਰਨਾ। ਮੈਂ ਕਿਹਾ ਚਲੋ ਠੀਕ ਹੈ, ਤੁਹਾਡੀ ਮਰਜ਼ੀ ਆ। ਅਤੇ ਫਿਰ ਆਪਾਂ ਲਾਸਟ ਮੂਮੈਂਟ ਤੱਕ ਮੈਚ ਵੇਖਿਆ, ਮੈਚ ਬਹੁਤ ਇੰਟਰਸਟਿੰਗ ਸੀ, ਮਜ਼ਾ ਆਇਆ ਮੈਚ ਵੇਖਣ ਦਾ।
ਫਾਈਨਲ ਦਾ ਮੁੱਲ ਪਿਆ ਜਿਸ ਤਰ੍ਹਾਂ ਫਾਈਨਲ ਹੋਣਾ ਚਾਹੀਦਾ ਸੀ ਨਾ, ਇੱਕ ਤਰਫਾ ਮੈਚ ਨਹੀਂ ਸੀ, ਫਾਈਨਲ ਮੀਨਸ ਫਾਈਨਲ। ਜੇ ਅਰਸ਼ ਦੇ ਸੁਭਾਅ ਦੀ ਗੱਲ ਕੀਤੀ ਜਾਵੇ, ਕਿਉਂਕਿ ਤੁਸੀਂ ਘਰ ਦੇ ਵਿੱਚ ਉਹਨੂੰ ਘੁਮਾਉਣ ਵੀ ਖੜ੍ਹਦੇ ਹੋਵੋਗੇ ਜਾਂ ਜਦੋਂ ਹੁਣ ਆਉਂਦਾ ਵਾ ਫਿਰ ਘੁਮਾਉਣ ਲੈ ਕੇ ਵੀ ਜਾਓਗੇ, ਆ ਕੇ ਕਰਦਾ ਕੀ ਅਰਸ਼ਦੀਪ ਇੱਥੇ ਨਾਨਕੇ ਆ ਕੇ ਕੀ ਕਰਦਾ ਕੀ? ਆਣ ਕੇ ਇੱਥੇ ਅਟਕੇਲੀਆਂ ਹੀ ਕਰਦਾ ਵਾ, ਸਾਰਿਆਂ ਨਾਲ ਗੱਲਾਂ ਬਾਤਾਂ ਕਰਦਾ ਵਾ, ਕਿਸੇ ਨੂੰ ਮਜ਼ਾਕ ਇੱਧਰੋਂ ਕਰਦਾ, ਕਿਸੇ ਨੂੰ ਇੱਧਰ ਕਰਦਾ, ਮਾਮੀ ਤੂੰ ਮੋਟੀ ਹੋ ਗਈ, ਅਤੇ ਕਦੀ ਪਾਪਾ ਜੀ ਕਹਿਣਾ ਪਾਪਾ ਜੀ ਤੁਸੀਂ ਹੁਣ ਦੌੜ ਦਾੜ ਲਾਇਆ ਕਰੋ, ਹੁਣ ਪਾਪਾ ਜੀ ਦੇ ਗੋਡੇ ਪੀੜੇ ਦੌੜ ਕਿੱਥੋਂ ਲੱਗਣੀ ਹੈ, ਹੈਂ ਕਦੀ ਹਰ ਇੱਕ ਨੂੰ ਮਜ਼ਾਕ ਕਰੀ ਹੀ ਜਾਣਾ ਵਾ, ਉਹਨੇ ਕਹੀ ਜਾਣਾ ਵੀ ਹਾਂ ਤੁਸੀਂ ਆਪਣਾ ਪਾਪਾ ਜੀ ਤੁਸੀਂ ਦੌੜ ਦਾੜੇ ਕਰੋ, ਹੁਣ ਪਾਪਾ ਜੀ ਦੇ ਦੌੜੇ ਕਿੱਥੋਂ ਜਾਣ ਵਾ। ਅਤੇ ਬਾਹਰ ਅੰਦਰ ਥੋੜ੍ਹਾ ਜਿਹਾ ਫੇਰਨ ਦੇ ਵਿੱਚ ਐਡਾ ਜ਼ਿਆਦਾ ਆਉਂਦਾ ਇੰਟਰਸਟ ਨਹੀਂ ਰੱਖਦਾ, ਘਰ ਦੇ ਵਿੱਚ ਬਹਿ ਕੇ ਗੱਲਾਂ ਕਰਨੀਆਂ ਅਤੇ ਆਪਣੀਆਂ ਗੱਲਾਂ ਦੱਸਣੀਆਂ ਹੀ ਪੁੱਛਣੀਆਂ। ਜਦੋਂ ਬਾਹਰ ਜਾਣਾ ਵਾ ਉਦੋਂ ਕਿਸ ਤਰ੍ਹਾਂ ਹੁੰਦਾ ਵਾ, ਕਿੱਥੇ ਜਾਣਾ, ਤੁਸੀਂ ਜਦੋਂ ਗਰਾਊਂਡ ਦੇ ਵਿੱਚ ਹੁੰਦੇ ਤੁਸੀਂ ਆਪਸ 'ਚ, ਜਦੋਂ ਆਪਾਂ ਟੀ ਵੀ 'ਤੇ ਦੇਖਦੇ ਹਾਂ ਵੀ ਗੱਲਾਂ ਕਰਦੇ ਆਪਸ 'ਚ ਪਲੇਅਰ, ਅਸੀਂ ਪੁੱਛਦੇ ਤੁਸੀਂ ਕੀ ਗੱਲਾਂ ਕਰਦੇ ਹੁੰਦੇ ਆ, ਉਹਨੇ ਦੱਸਣੀਆਂ ਵੀ ਅਸੀਂ ਇਸ ਤਰ੍ਹਾਂ ਗੱਲਾਂ ਕਰਦੇ ਹੁੰਦੇ ਹਾਂ, ਸਾਰੀਆਂ ਗੱਲਾਂ ਕਰਨੀਆਂ ਉਹਨੇ ਸਾਡੇ ਨਾਲ। ਦੇਖਿਆ ਜਾਵੇ ਤਾਂ ਉਹਦੇ ਪੁਰਾਣੇ ਯਾਰ ਦੋਸਤ ਵੀ ਹੋਣਗੇ, ਉਹ ਵੀ ਫਿਰ ਮਿਲਣ ਆਉਂਦੇ ਆ? ਨਹੀਂ, ਇੱਥੇ ਯਾਰ ਦੋਸਤ ਛੋਟੀ ਏਜ ਦੇ ਵਿੱਚ ਹੀ ਇੱਥੋਂ ਬਟਾਲੇ ਤੋਂ ਮੂਵ ਹੋ ਕੇ ਉਹ ਖਰੜ ਚਲੇ ਗਏ, ਇੱਥੇ ਯਾਰ ਦੋਸਤ ਉਹਨੇ ਬਣੇ, ਇੱਕ ਸਾਲ ਕੁ ਦਾ ਸਮਾਂ ਉਹਨਾਂ ਨੇ ਬਿਤਾਇਆ ਇੱਥੇ ਬਟਾਲੇ ਦੇ ਵਿੱਚ, ਇੱਕ ਕਲਾਸ ਕੀਤੀ ਉਹਨੇ ਡੀ ਯੂ ਵੀ ਸੈਂਟਰੀ ਤੋਂ, ਅਤੇ ਬਾਅਦ ਦੇ ਵਿੱਚ ਉਹ ਖਰੜ ਚਲੇ ਗਏ ਉੱਥੇ। ਹਾਂ, ਉੱਥੋਂ ਦੇ ਦੋ ਤਿੰਨ ਚਾਂਸ ਹੋਏ ਆਪਣੇ ਯਾਰਾਂ ਦੋਸਤਾਂ ਦੇ ਨਾਲ ਇੱਥੇ ਆਇਆ, ਦੋ ਤਿੰਨ ਉਹਦੇ ਯਾਰ ਦੋਸਤ ਨਾਲ ਆਏ, ਅਤੇ ਰਾਤ ਉਹਨਾਂ ਯਾਰਾਂ ਦੋਸਤਾਂ ਦੇ ਨਾਲ, ਰਾਤ ਕੀ ਵੀ ਰਾਤ ਪਈ ਕੋਈ ਦਰਵਾਜ਼ਾ ਖੜਕਾਈ ਜਾਵੇ, ਮੈਂ ਕਿਹਾ ਵੀ ਪਤਾ ਨਹੀਂ ਕੌਣ ਹੈ ਇੰਨੀ ਰਾਤ ਨੂੰ, ਕੌਣ ਆ ਗਿਆ, ਦੱਸਿਆ ਨਹੀਂ ਸਾਨੂੰ ਉਹਨੇ, ਅਤੇ ਮੈਂ ਲਾਗੇ ਡੰਡਾ ਪਿਆ ਸੀ, ਮੈਂ ਡੰਡਾ ਫੜ ਲਿਆ, ਅੱਜ ਮੈਂ ਕੀ ਪਤਾ ਕੌਣ ਹੋਣਾ, ਅਤੇ ਮੁੜ ਕੇ ਜਦੋਂ ਮੈਂ ਦਰਵਾਜ਼ਾ ਖੋਲ੍ਹਿਆ ਤਾਂ ਉਹ ਸਾਹਮਣੇ, ਤਾਂ ਉਹਦਾ ਦੋਸਤ ਡਰ ਗਿਆ, ਆਉਂਦਾ ਭਰਾਵਾ ਤੇਰਾ ਮਾਮਾ ਤਾਂ ਕਿਤੇ ਮਾਰ ਹੀ ਨਾ ਦੇਵੇ, ਅਤੇ ਮੈਂ ਕਿਹਾ ਆ ਜਾ ਤੂੰ, ਮੈਂ ਕਿਹਾ ਦੱਸ ਕੇ ਆਇਆ ਕਰ ਯਾਰ ਤੂੰ, ਕਹਿੰਦਾ ਮੈਂ ਕਿਹਾ ਮਾਮਾ ਜੀ ਮੈਂ ਤਾਂ ਛਾਪਾ ਹੀ ਮਾਰਿਆ ਸੀ, ਮੈਂ ਚੱਲ ਠੀਕ ਹੈ ਕੋਈ ਗੱਲ ਨਹੀਂ ਆ ਜਾਓ। ਫਿਰ ਉਹ ਦੋ ਦਿਨ ਰਹੇ ਸਾਡੇ ਕੋਲ, ਪੂਰਾ ਇੰਜੋਏ ਕਰਵਾ। ਤੁਸੀਂ ਮੈਚ ਤੋਂ ਬਾਅਦ ਗੱਲ ਹੋਈ ਤੁਹਾਡੀ? ਮੈਚ ਹਾਂਜੀ, ਸ਼ਾਮੀ ਜਦੋਂ ਮਤਲਬ ਵੀ ਮੈਚ ਮੁੱਕਿਆ ਉਹ ਤੋਂ ਬਾਅਦ ਮੁੜ ਕੇ ਬਾਅਦ ਵਿੱਚ ਗੱਲ ਹੋਈ, ਜ਼ਿਆਦਾ ਲੰਬੀ ਨਹੀਂ ਕਿਉਂਕਿ ਥੋੜ੍ਹਾ ਸ਼ਡਿਊਲ ਬਿਜ਼ੀ ਸੀ ਨਾ, ਟੀਮ ਦੇ ਨਾਲ ਹੀ ਸਾਰਿਆਂ ਨਾਲ। ਹਾਂ, ਦੀਦੀ ਨਾਲ ਗੱਲ ਹੋਈ, ਉਹ ਆਉਂਦੇ ਵੀ ਹਾਂ ਇਸ ਟਾਈਮ ਜਿਹੜਾ ਸਾਰੇ ਫੈਮਲੀਜ਼ ਦਾ ਡਿਨਰ ਚੱਲ ਰਿਹਾ, ਅਤੇ ਮੁੜ ਕੇ ਬਾਅਦ ਵਿੱਚ ਤੁਹਾਡੇ ਨਾਲ ਗੱਲ ਕਰਾਂਗੇ, ਥੋੜ੍ਹਾ ਜਿਹਾ ਬਿਜ਼ੀ ਸ਼ਡਿਊਲ ਆ। ਮੈਂ ਕਿਹਾ ਚਲੋ ਕੋਈ ਗੱਲ ਨਹੀਂ, ਆਪਾਂ ਬਸ ਉਹਨਾਂ ਨੂੰ ਮਿਲ ਕੇ ਇੱਕ ਵਾਰੀ ਵਧਾਈ, ਫੋਨ 'ਤੇ ਵਧਾਈ ਦੇ ਦਿੱਤੀ, ਉਸ ਤੋਂ ਬਾਅਦ ਮੁੜ ਕੇ ਹੁਣ ਬਾਅਦ ਵਿੱਚ ਗੱਲਬਾਤ, ਖੁੱਲ੍ਹੀ ਗੱਲਬਾਤ ਕਰਾਂਗੇ ਬਾਅਦ 'ਚ। ਅਰਸ਼ ਦੇ ਨਾਨਾ ਜੀ ਮੌਜੂਦ ਆ, ਉਹਨਾਂ ਨਾਲ ਵੀ ਇੱਕ ਵਾਰੀ ਗੱਲ ਕਰ ਲੈਂਦੇ, ਚਲੋ ਇੱਕ ਵਾਰੀ ਦੱਸ ਦਿਓ ਜੀ ਫਿਰ। ਚਲੋ, ਤੁਹਾਡੇ ਨਾਲ ਗੱਲ ਕਰਨੀ ਜ਼ਿਆਦਾ ਜ਼ਰੂਰੀ ਹੋ ਜਾਂਦੀ ਹੈ ਕਿਉਂਕਿ ਤੁਹਾਡੇ ਨਾਲ ਆ ਕੇ ਅਤੇ ਬਹਿੰਦਾ ਖਲੋਂਦਾ ਵੀ ਆ ਤੁਹਾਨੂੰ। ਫਿਰ ਜਦੋਂ ਤੁਸੀਂ ਉਹਨਾਂ ਦੇ ਘਰ ਜਾਂਦੇ ਫਿਰ ਉਹ ਕਿੱਥੇ ਲੈ ਕੇ ਜਾਂਦਾ? ਉਹ ਸਾਨੂੰ ਬਸ ਗੁਰਦੁਆਰੇ ਲੈ ਕੇ ਜਾਊਗਾ, ਫਤਿਹਗੜ੍ਹ ਸਾਹਿਬ ਜਾਵਾਂਗੇ ਅਤੇ ਹੋਰ ਆਖੂ ਉਹ ਚੱਲੀਏ ਗਾਂ ਫਿਰ ਤੁਰ, ਕਿਉਂਕਿ ਪਹਿਲੇ ਦਿਨ ਤੋਂ ਖੁਲਾਸਾ ਜਿਹਾ ਰਿਹਾ ਮੇਰੇ ਨਾਲ ਅਤੇ ਮਖੌਲ ਖਾਦੀ ਜਾਣਾ, ਕਦੇ ਉਹਦਾ ਪਾਪਾ ਜੀ ਤੂੰ ਤੁਹਾਡਾ ਤੁਸੀਂ ਮੋਟੇ ਬੜੇ, ਮੈਂ ਤੂੰ ਕਿਹੜਾ ਘਿਓ ਲੈ ਕੇ ਦਿੱਤਾ ਮੈਨੂੰ ਇੱਥੇ, ਵੇਖ ਜਾ ਗੱਲਾਂ ਕਰਦੇ ਜਦੋਂ ਘਰ ਚੱਲ ਜਾਈਏ, ਕਦੀ ਐਵੇਂ ਘੋਲ ਡਾਣਾ ਵਾ, ਮੈਂ ਚੱਲ ਘੋਲ ਹੀ ਡਾਲਾਂਗੇ ਕੋਈ ਗੱਲ ਨਹੀਂ, ਮੈਂ ਹੁਣ ਇਹ ਜਿਹੀਆਂ ਗੱਲਾਂ ਬਹੁਤ ਵਧੀਆ ਟਾਈਮ। ਇਹ ਨਾਨਕਾ ਪਰਿਵਾਰ ਹੈ, ਇਸ ਟਾਈਮ ਖੁਸ਼ੀ ਦਾ ਮਾਹੌਲ ਆ। ਗੱਲ ਕੀਤੀ ਜਾਵੇ ਤਾਂ ਅਰਸ਼ ਨੇ ਵੱਡਾ ਨਾਮ ਖੱਟਿਆ ਹੈ, ਛੋਟੀ ਉਮਰ ਹੈ, ਪੁਲਾਂਘਾਂ ਵੱਡੀਆਂ ਪੱਟੀਆਂ, ਆਪਣਾ ਜਿੱਥੇ ਨਾਮ ਰੋਸ਼ਨ ਕੀਤਾ ਉੱਥੇ ਪੂਰੇ ਦੇਸ਼ ਦਾ ਝੰਡਾ ਵੀ ਬੁਲੰਦ ਕੀਤਾ ਹੈ, ਇਸੇ ਸਥਾਨ 'ਤੇ ਖੇਡਿਆ, ਵੱਡਾ ਹੋਇਆ, ਹੁਣ ਵੀ ਕਹਿੰਦੇ ਮੈਚ ਤੋਂ ਬਾਅਦ ਜਦੋਂ ਵੀ ਇੰਡੀਆ ਪਰਤੇਗਾ ਤਾਂ ਇਸ ਘਰ ਵੀ ਜ਼ਰੂਰ ਫੇਰਾ ਪਾਏਗਾ। ਕੈਮਰਾਮੈਨ ਬੰਟੀ ਦੇ ਨਾਲ ਨਿਤਿਨ ਲੂਥਰਾ, 7C TV, ਆਸਟ੍ਰੇਲੀਆ।